तो सिखा ने धौना लाइया उन्होंने माँ प्यो दियाँ वो मगर आन डे भैन सी तो दो भरा सी अच्छा जेने धौना लाइया तो वह मगर आन डे सी तो गड्डी छोटा जा जनानी छड़ गई कोई रेल दे कजवाणी अच्छा। तो जनानी थी राइया की उन्हें चुक लिया कला बच्चा पिया अच्छा। वो लिया के पालिया जवान थोड़े तो ना भी जवान हो गया मुड़के मिठी सुटन से कई मारी ना कई ऐदा वजी भी तो लोहे से वजदी है अच्छा। थले देग आ गई है अच्छा। लो फिर सज्जनों मित्रों बेलियो वीरो ते भरावो अज असी मौजूद हाँ पंजाब के ज़िला टोबा टेक सिंह की तहसील गोजरा दे विच ते जिहड़ी जगह असी मौजूद हाँ यह हैगा वा समुंदरी रोड इत्थे साडे नाल एक बजुर्ग शख्सियत मौजूद ने जिन्हां ने सन 1947 का वेला अपनी अखां नाल वेख्या ते अपने जुस्से ते अपनी रूह के उत्ते वह वेला हंडाया। चलो फिर असी बाबा जी नाल हुण गलबात शुरू करते हाँ। अपना पूरा नाम दस्सियो बाबे। नज़ीर अहमद है। ते तुहाडे बापू का नाम की सी? करमलाई। ते तुहाडे दादा जी का नाम? मामदीन। अच्छा। ते अपनी बरादरी केड़ी है? बरादरी साडी एहो ही है जे उहदा ते चेहरे चीमे। अच्छा। पिओ दा मोणा ही काम जिहा साडा एहो है। ठीक है। जद्दी काम है। सही। अच्छा ते जदों अपना उस वंड पई आ पाकिस्तान ते हिंदुस्तान दी उस वेले तुहाडी उम्र किन्नी सी? उदों 14 साल दा हैगा जी। अच्छा। इहदा तुहानूं फिर चंगी तरह गल्लां बातां याद होणगीयां? ਵੇਖਦੇ ਰਹੇ ਜਿਹੜੀ ਤੁਹਾਨੂੰ ਦਸੀਆਂ ਸੁਣੀਆਂ ਆ ਇਹ ਦੱਸਦੇ ਵੇਖਦੇ ਵੇਖੀਆਂ ਸਾਰੀਆਂ ਜੀ। ਅਤੇ ਪਿੰਡ ਕਿਹੜਾ ਸੀ ਆਪਣਾ? ਨਿਸ਼ਾਰਨ। ਨਿਸ਼ਾਰਨ 448। ਅੱਛਾ। ਅਤੇ ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? ਤਹਿਸੀਲ ਸਮੁੰਦਰੀ। ਅਤੇ ਜ਼ਿਲ੍ਹਾ? ਫੈਸਲਾਬਾਦ। ਜ਼ਿਲ੍ਹਾ ਫੈਸਲਾਬਾਦ। ਸਹੀ ਆ। ਇਹ ਯਾਨੀ ਇੱਧਰ ਤੁਸੀਂ ਪਾਕਿਸਤਾਨ ਦੇ ਇੱਧਰ ਦੇ ਏਰੀਏ ਵਿੱਚ ਰਹਿਣ ਵਾਲੇ ਹੋ ਹੈ ਨਾ? ਹਾਂਜੀ। ਅਤੇ ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਵਿੱਚ ਮੁਸਲਮਾਨਾਂ ਬਹੁਤੇ ਰਹਿੰਦੇ ਸੀ ਜਾਂ ਹਿੰਦੂ ਸਿੱਖ ਕੌਣ ਬਹੁਤੇ ਰਹਿੰਦੇ ਸਨ? ਮੁਸਲਮਾਨ ਵੀ ਸੀ ਸਿੱਖ ਵੀ ਸੀਗੇ। ਅੱਛਾ। ਯਾਨੀ ਮਿਕਸ ਸੀ ਆਬਾਦੀ? ਹਾਂ ਮਿਕਸ ਸੀ। ਅੱਛਾ। ਅਤੇ ਤੁਹਾਨੂੰ ਇਸ ਪਿੰਡ ਵਿੱਚ ਫਿਰ ਕਿੰਨੇ ਲਿਆਂਦਾ ਸੀ ਤੁਸੀਂ ਜਿਹੜਾ ਦੱਸਦੇ ਪਏ ਸੀ? ਉਹ ਕਰਤਾਰ ਸਿੰਘ ਨੇ ਲਿਆਂਦਾ? ਕਰਤਾਰ ਸਿੰਘ ਨੇ ਪਹਿਲਾਂ ਸਰਾਵਾਂ 'ਚੋਂ ਲਿਆਇਆ ਸੀ। ਅੱਛਾ। ਅਤੇ ਉਹਨੇ ਲਿਆ ਕੇ ਮੁੜ ਕੇ ਸਾਨੂੰ ਮਕਾਨ ਜਗ੍ਹਾ ਜੁਗਾ ਵੀ ਲਿਆ ਕੇ ਦਿੱਤੀ ਮਕਾਨ ਵੀ ਬਣਾ ਕੇ ਦਿੱਤੇ ਉਹ। ਅੱਛਾ। ਅਤੇ ਉਹ ਰਾਈ ਦੇ ਗੁਜਰ ਜਿਹੜੇ ਹੋ ਆਉਂਦੇ ਨਹੀਂ ਬਣ ਲੈਣੇ ਅਸੀਂ। ਅੱਛਾ। ਉਹ ਯਾਨੀ ਭਰਨ ਨਹੀਂ ਸੀ ਦਿੰਦੇ? ਹਾਂ ਬਣ ਨਹੀਂ ਦਿੰਦੇ। ਅਤੇ ਉਹਨਾਂ ਕਰਤਾਰ ਸਿੰਘ ਨੇ ਆਖਿਆ ਵੀ ਨਹੀਂ ਮੈਂ ਇਹਨਾਂ ਨੂੰ ਬਾਲਣਾ ਅਤੇ ਰੱਖਣਾ ਇੱਥੇ ਹੀ। ਅੱਛਾ। ਅਤੇ ਉਹਨੇ ਕਰਤਾਰ ਸਿੰਘ ਨੇ ਵਿੱਚ ਬਾਲ ਕੇ ਉਸ ਮਕਾਨ ਬਣਾ ਕੇ ਵਿੱਚ ਸਾਨੂੰ ਬਾਲਿਆ ਸੀਗਾ। ਅੱਛਾ। ਅਤੇ ਉਹ ਫਿਰ ਨਹੀਂ ਲਾਗੇ ਆਏ। ਅੱਛਾ। ਫਿਰ ਉਹ ਲਾਗੇ ਨਹੀਂ ਆਏ? ਇਹ ਮਤਲਬ ਕਰਤਾਰ ਸਿੰਘ ਚੰਗਾ ਜੀਦਾਰ ਬੰਦਾ ਸੀ। ਹਾਂ ਚੰਗਾ। ਹਾਂ। ਅੱਛਾ। ਅਤੇ ਹੋਰ ਤੁਹਾਡੇ ਨਾਲ ਕੋਈ ਸਿੱਖ ਸੁੱਖ ਜਿਹੜੇ ਰਹਿੰਦੇ ਸੀ ਉਹਨਾਂ 'ਚੋਂ ਕਿਸੇ ਦੇ ਨਾਂ ਤੁਹਾਨੂੰ ਯਾਦ ਨੇ? ਸਿੱਖ ਮਿਸਾਲ ਹਰੀ ਸਿੰਘ ਸੀਗਾ, ਤਾਰਾ ਸਿੰਘ, ਅੱਛਾ, ਕਰਤਾਰ ਸਿੰਘ, ਜੋਗਿੰਦਰ ਸਿੰਘ, ਇਹ ਸਿੱਖ ਸੀਗੇ ਸਾਡੇ ਪਿੰਡ ਦੇ ਜੀ। ਅੱਛਾ। ਅਤੇ ਇਹਨਾਂ ਨਾਲ ਤੁਹਾਡੇ ਤਲਕਾਤ ਵਗੈਰਾ ਕਿੱਦਾਂ ਦੇ ਹੁੰਦੇ ਸੀ? ਪਿਓ ਸਾਡੇ ਦੇ ਸਾਥੀ ਤਾਂ ਮਿਸਾਲ ਹੋਲੇ ਸੀ, ਉਹਦੇ ਲੈ ਕੇ ਸੀਗੇ ਤਲਕਾਤ ਸਾਡੇ ਦੇ। ਅੱਛਾ। ਮਤਲਬ ਚੰਗੇ ਤਲਕਾਤ ਸਨ? ਹਾਂ ਹਾਂ ਚੰਗੇ ਸੀਗੇ। ਮਤਲਬ ਆਪਸ 'ਚ ਵਿਆਹਾਂ ਸ਼ਾਦੀਆਂ 'ਚ ਵੀ ਆਉਂਦੇ ਜਾਂਦੇ ਹੁੰਦੇ ਸਨ? ਪਤਾ ਇਹ ਮੈਨੂੰ ਵਿਆਹ ਸ਼ਾਦੀਆਂ ਉਦੋਂ ਵਿਆਹ ਸ਼ਾਦੀਆਂ ਕਿਹੜੇ ਹੁੰਦੇ ਸੀਗੇ? ਅੱਛਾ। ਜੀ ਜੀ ਕਿਤੇ ਜੰਮਦੇ ਬੱਚੇ ਦਾ ਪਤਾ ਕੀ ਕਰਦੇ ਸੀ? ਜੰਮਦਾ ਬੱਚਾ ਨਾ ਕਲਮਾ ਪੜ੍ਹਨ ਅਤੇ ਉਹਨੂੰ ਪਾਣੀ ਪਿਆ ਲੈਣਾ, ਨਿਕਾਹ ਹੋ ਗਿਆ। ਇੱਦਾਂ ਦੇ ਨਿਕਾਹ ਕਰਦੇ ਹੁੰਦੇ ਸੀ ਬੱਚਿਆਂ ਦੇ, ਐਡੇ ਸਾਦੇ ਸਾਦੇ ਨਿਕਾਹ ਹੁੰਦੇ? ਸਾਦੇ ਸਾਦੇ। ਦੋ ਮੰਜੀਆਂ ਦੇ ਦੇਣੀਆਂ, ਇੱਕ ਸੂਟ ਕਿਸੇ ਦੇ ਦੇਣਾ, ਚਲੋ ਜੀ ਸ਼ਾਦੀ ਹੋ ਜਾਣੀ, ਕੋਈ ਦੋ ਬਿਸਤਰੇ ਦੇ ਜਾਣੇ। ਅੱਛਾ। ਅਤੇ ਤੁਹਾਡੇ ਕੋਈ ਹਾਣ ਦੇ ਮੁੰਡੇ ਵੀ ਹੁੰਦੇ ਸਨ ਸਿੱਖ ਸੁੱਖ ਜਿਹੜੇ ਤੁਹਾਡੇ ਨਾਲ ਖੇਡਦੇ ਹੋਣ? ਹੈਗਾ ਸੀਗਾ ਹਰੀ ਸਿੰਘ ਦਾ ਮੁੰਡਾ, ਬੁੱਧੂ ਬੁੱਧੂ ਸੀ ਉਹਦੇ ਨਾਂ। ਅੱਛਾ। ਉਹ ਸਾਡੇ ਲਾਗੇ ਡੇਰਾ ਸੀ, ਉਹਦਾ ਲਾਗੇ ਖੂਹ ਸੀਗਾ, ਨਹਾਉਂਦੇ ਨਹਾਉਂਦੇ ਰਹੇ ਅਸੀਂ। ਅੱਛਾ। ਅਤੇ ਇੱਕ ਮੁੰਡਾ ਮਾਛੀਆਂ ਦਾ ਸੀ, ਮੇਰਾ ਨਾਮ ਬਸ਼ੀਰ ਸੀ, ਇਹਦਾ ਨਾਮ ਬੂਟੀ ਬੂਟੀ, ਉਹ ਬੜਾ ਬੜੇ ਬੇਟੀ ਸੀਗਾ। ਅੱਛਾ। ਹਰੀ ਸਿੰਘ ਦਾ ਮੁੰਡਾ ਸੀਗਾ, ਕਰਤਾਇਆ, ਬੁੱਧੂ ਬੁੱਧੂ ਸੀ ਉਹਦੇ ਨਾਂ। ਅੱਛਾ। ਅਤੇ ਇਹ ਮਤਲਬ ਤੁਹਾਡੇ ਬੁੱਧੂ ਨਾਲ ਵਾਹਵਾ ਯਾਰੀ ਦੋਸਤੀ ਹੁੰਦੀ ਸੀ? ਖੇਡਦੇ ਰਹੇ ਇਕੱਠੇ, ਅਸੀਂ ਨਹਾਉਂਦੇ ਰਹੇ ਖੂਹ ਦਾ। ਠੀਕ ਆ। ਅਤੇ ਕਿਹੜੀਆਂ ਖੇਡਾਂ ਖੁਡਾਂ ਉਸ ਵੇਲੇ ਕਿਹੜੀਆਂ ਖੇਡਦੇ ਹੁੰਦੇ ਸਨ? ਖੇਡੇ ਹੋਏ ਬਾਹਰ ਖੇਡਦੇ ਖੁੱਡਦੇ ਹੋ, ਜਿੱਦਾਂ ਹੁਣ ਕੌਡੀ ਖੇਡਣਾ ਪਏ ਜਾਂ ਉੱਦਾਂ ਨੱਠਣਾ ਹੋਏ, ਕਿਹੜੇ ਨਿਆਣਿਆਂ ਦੀ ਖੇਡ ਕਦੇ ਉਹਦਾ ਹੁਣ ਜਵਾਨ ਖੇਡਦੇ ਹੁੰਦੇ ਸੀ, ਕੌਡੀ ਖੇਡਦੇ ਹੁੰਦੇ ਸੀ, ਕਬੱਡੀ ਖੇਡਦੇ ਹੁੰਦੇ ਸੀਗੇ, ਅਸੀਂ ਤਾਂ ਹੌਲੇ ਸੀ ਨਾ ਐਡੇ ਨਹੀਂ ਜੀ। ਇਹ ਪਿੰਡ ਵਿੱਚ ਨੰਬਰਦਾਰੀਆਂ ਕਿੰਨੀਆਂ ਸਨ? ਨੰਬਰਦਾਰੀਆਂ ਦੋ ਸੀ ਅੱਗੇ। ਅੱਛਾ। ਅਤੇ ਨਾਂ ਉਹਨਾਂ ਦੇ ਕੀ ਸਨ? ਉਹਦੇ ਨਾਂ ਸੀ ਇੱਕ ਨਾਂ ਮੁਜ਼ੱਫਰ, ਮੁਜ਼ੱਫਰ ਸੀ ਨੰਬਰਦਾਰ, ਇੱਕ 3 ਮਰਬੇ ਸੀ ਉਹਦੀ ਜ਼ਮੀਨ ਦੇ। ਅੱਛਾ। ਮੁਜ਼ੱਫਰ ਸੀਗਾ? ਹਾਂ ਮੁਜ਼ੱਫਰ ਹੈ। ਅਤੇ ਉਹਦੇ ਪਿਓ ਦੇ ਨਾਂ ਪਤਾ ਨਹੀਂ, ਮੁਹੰਮਦੀਨ ਸੀ ਕਿ ਕੀ ਸੀ ਮੈਨੂੰ ਨਾਂ ਨਹੀਂ ਯਾਦ। ਅਤੇ ਇੱਕ ਦੂਸਰਾ ਸੀਗਾ ਹਾਫਿਜ਼ ਨੰਬਰਦਾਰ ਸੀਗਾ, ਹਾਫਿਜ਼ ਸੀ ਕੁਰਾਨ ਦਾ।
गुजर अपना पिंड मस्जिद होंगी सर ਸਿੱਖ ਉਹਨਾਂ ਮਤਲਬ ਰਾਮ ਮੁੜ ਕੇ ਗੁਜਰ ਉਧਰੋਂ ਜਿਹੜੇ ਆਏ ਹਿੰਦੁਸਤਾਨ ਚੋਂ ਆਣ ਕੇ ਬਹਿ ਗਏ ਵਿੱਚ ਉਹਦੇ ਅੱਛਾ ਉਹ ਫਿਰ ਬਾਅਦ ਚੋਂ ਯਾਨੀ ਕਿ ਰੈਸ਼ ਕਰ ਲਈ ਹਾਂ ਰੈਸ਼ ਹੋਈ ਕਰ ਲਈ ਉਹਨਾਂ ਨੇ ਸਹੀ ਅੱਛਾ ਪਿੰਡ ਵਿੱਚ ਕੋਈ ਖੂਹ ਵੀ ਹੁੰਦਾ ਸੀ ਤੁਹਾਡੇ ਆ ਖੂਹ ਇੱਕ ਹੈਗਾ ਜੀ ਚਾਰ ਹੁੰਦੇ ਪੌਣੀਆਂ ਲੱਗੀਆਂ ਅੱਛਾ ਮੋਕਾ ਸਾਰੇ ਪਿੰਡ ਪਾਣੀ ਉੱਥੋਂ ਪੀਂਦਾ ਸੀ ਅੱਛਾ ਪੀਣ ਵਾਲਾ ਪਾਣੀ ਖੂਹ ਤੋਂ ਪੀਂਦੇ ਹੁੰਦੇ ਸੀ ਉਹ ਪੀਣ ਵਾਲਾ ਖੂਹ ਤੋਂ ਅੱਛਾ ਤੇ ਜ਼ਮੀਨਾਂ ਕਿਦਾਂ ਬੀਜਦੇ ਹੁੰਦੇ ਸਾਨੂੰ ਜ਼ਮੀਨਾਂ ਨਹਿਰ ਦੇ ਪਾਣੀ ਲੱਗਦਾ ਅੱਛਾ ਨਹਿਰ ਦਾ ਪਾਣੀ ਲੱਗਦਾ ਸੀ ਅੱਛਾ ਤੇ ਕਿਹੜੀਆਂ ਕਿਹੜੀਆਂ ਉਦੋਂ ਫਸਲਾਂ ਹੁੰਦੀਆਂ ਸੀ ਜ਼ਿਆਦਾਤਰ ਕਮਾਦ ਮਕਈ ਚਰੀ ਅੱਛਾ ਤੇ ਝੋਨਾ ਝਾਨਾ ਤੇ ਘੱਟ ਜਦੋਂ ਹੁੰਦਾ ਸੀ ਮਕਈ ਹੋਈ ਫਸਲਾਂ ਹੁੰਦੀਆਂ ਸੀਗੀਆਂ ਅਤੇ ਆਪਣਾ ਫਿਰ ਜਦੋਂ ਪਤਾ ਲੱਗਾ ਕਿ ਹੁਣ ਪਾਕਿਸਤਾਨ ਬਣ ਜਾਣਾ ਵਾ ਕਿ ਇੱਧਰੋਂ ਲੋਕਾਂ ਨੇ ਉੱਠ ਕੇ ਅਤੇ ਉਹ ਉੱਧਰ ਚਲੇ ਜਾਣਾ ਵਾ ਜਿਹੜੇ ਸਿੱਖ ਨੇ ਅਤੇ ਜਿਹੜੇ ਮੁਸਲਮਾਨ ਉੱਧਰੋਂ ਇੱਧਰ ਆ ਜਾਣਾ ਉਹਨਾਂ ਨੇ ਅਤੇ ਫਿਰ ਕੀ ਹਾਲਾਤ ਹਲੂਤ ਉਦੋਂ ਫਿਰ ਪੇਸ਼ ਆਏ ਇੱਥੋਂ ਕੈਦ ਆਜ਼ਮ ਕਰਾਚੀਆਂ ਚੱਲਿਆ ਸੀਗਾ ਅੱਛਾ ਅਤੇ ਉਹ ਨਾ ਲਾਹੌਰ ਜਾ ਕੇ ਉੱਥੇ ਵੀ ਜਾ ਕੇ ਹੱਲਾ ਬੋਲਿਆ ਵੇ ਉੱਥੇ ਉੱਥੇ ਰੌਲਾ ਫਿਰ ਪਿਆ ਸੀ ਇੱਧਰੋਂ ਉੱਧਰ ਜਾਣ ਲੱਗ ਪਏ ਅਤੇ ਉੱਧਰੋਂ ਇੱਧਰ ਆਉਣ ਲੱਗ ਪਏ ਸੀ ਅੱਛਾ ਉੱਧਰੋਂ ਬੜੇ ਉਹਨਾਂ ਨੇ ਮੁਸਲਮਾਨ ਮਾਰੇ ਸੀਗੇ ਅਤੇ ਇਹਨਾਂ ਨੇ ਵੀ ਸਿੱਖ ਬਥੇਰੇ ਮਾਰੇ ਨੇ ਅੱਛਾ ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਯਾਨੀ ਉਦੋਂ ਬਥੇਰਾ ਕਤਲੇਆਮ ਹੋਇਆ ਅੱਛਾ ਅੱਲਾ ਮਾਫ਼ੀ ਦੇਵੇ ਬੱਚੇ ਮਾਵਾਂ ਨੇ ਇੰਨੇ ਹਿੱਸਾ ਵੇ ਇੱਦਾਂ ਜਾਨ ਨਾਲ ਲੈ ਕੇ ਨਿਕ ਅਤੇ ਉਹ ਜਿਹੜਾ ਤੁਸੀਂ ਦੱਸਿਆ ਸੀ ਕਿ ਉਹ ਗੱਡੀ ਵਿੱਚ ਕੋਈ ਬੱਚਾ ਸੀਗਾ ਉਹ ਬੱਚਾ ਗੱਡੀ ਦੇ ਵਿੱਚ ਛੋਟਾ ਜਿਹਾ ਜਨਾਨੀ ਛੱਡ ਗਈ ਕੋਈ ਰੇਲ ਦੇ ਵਿੱਚ ਕਜਵਾਣੀ ਅੱਛਾ ਉਹ ਜਨਾਨੀ ਸੀ ਰਾਈਆਂ ਦੀ ਉਹਨੇ ਚੁੱਕ ਲਿਆਂਦਾ ਇਕੱਲਾ ਬੱਚਾ ਪਿਆ ਸੀ ਅੱਛਾ ਉਹ ਲਿਆ ਕੇ ਪਾਲਿਆ ਜਵਾਨ ਤੁਹਾਡੇ ਨਾਲ ਵੀ ਜਵਾਨ ਹੋ ਗਿਆ ਮੁੜ ਕੇ ਅੱਛਾ ਘਰ ਇਹਨਾਂ ਦਾ ਮੁੜ ਕੇ ਫਿਰ ਉਹ 20-25 ਸਾਲਾਂ ਬਾਅਦ ਨਾ ਸ਼ਾਹਕੋਟ ਦੇ ਆਏ ਕਿਸੇ ਨੇ ਦੱਸਿਆ ਵੀ ਇੱਦਾਂ ਇੱਦਾਂ ਮੁੰਡਾ ਉੱਥੇ ਆ ਉਹਦੇ ਮੱਥੇ 'ਚ ਕੋਈ ਨਿਸ਼ਾਨੀ ਸੀ ਬੱਚੇ ਦੇ ਅੱਛਾ ਫਿਰ ਉਹ 20-25 ਸਾਲਾਂ ਬਾਅਦ ਲੈ ਗਏ ਸੀ ਉਹਨੂੰ ਅੱਛਾ ਉਹ ਯਾਨੀ ਕਿ ਨਿਸ਼ਾਨੀ ਤੋਂ ਪਛਾਣਿਆ ਉਹਨਾਂ ਨੇ ਨਿਸ਼ਾਨੀ ਤੋਂ ਉਹਨਾਂ ਨੇ ਪਛਾਣਿਆ ਬੜੀ ਗੱਲ ਆ ਜੀ ਸਲੇਮਾਨ ਉਹਨਾਂ ਨੇ ਨਾਂ ਰੱਖਿਆ ਹੁਣ ਰਾਈਆਂ ਨੇ ਅੱਛਾ ਫਿਰ ਉਹਨਾਂ ਨੇ ਪਤਾ ਨਹੀਂ ਕੀ ਨਾਂ ਰੱਖਿਆ ਕੀ ਨਹੀਂ ਤਾਂ ਲੈ ਗਏ ਸੀ ਤੋ ਉਹ ਬੜੇ ਖੁਸ਼ ਹੋਏ ਹੋਣੇ ਆਪਣੇ ਬੱਚੇ ਨੂੰ ਵੇਖ ਕੇ ਲਾਏ ਹੋਣੇ ਬੱਚਾ ਉਹਨਾਂ ਨੂੰ 20-25 ਸਾਲ ਬਾਅਦ ਜਵਾਨ ਮਿਲ ਗਿਆ ਭਲਿਆ ਭਲਾ ਮਿਲ ਗਿਆ ਬੱਚਾ ਉਹਦੇ ਛੋਟਾ ਜਿਹਾ ਗੱਡੀ 'ਚ ਲਿਆਉਂਦਾ ਸੀ ਉਦੋਂ ਮਤਲਬ ਕੁੱਛੜ ਹੋਣਾ ਹਾਂ ਕੁੱਛੜ ਚੜ ਕੇ ਬਾਅਦ ਅਤੇ ਜਿਹੜੇ ਤੁਹਾਡੇ ਆਪਣੇ ਇਲਾਕੇ ਦੇ ਸਿੱਖ ਸਨ ਉਹ ਫਿਰ ਕਿਸ ਤਰ੍ਹਾਂ ਇੱਧਰੋਂ ਗਏ ਉੱਧਰ ਇੱਧਰੋਂ ਉੱਧਰੋਂ ਇੱਧਰ ਗਏ ਰਾਤ ਦਿਨ ਨਿਕਲੇ ਅਤੇ ਉੱਧਰੋਂ ਇੱਧਰ ਜਿੱਦਾਂ ਆਏ ਨਹੀਂ ਇਹ ਜਿਹੜੇ ਸੀ ਜਿਹੜਾ ਹਰੀ ਸਿੰਘ ਜਾਂ ਕਰਤਾਰ ਸਿੰਘ ਵਗੈਰਾ ਸਾਰੇ ਸਿੱਖ ਸਨ ਇਹ ਮਤਲਬ ਖੈਰ ਖਰੀਦਣਾ ਇੱਥੋਂ ਫਿਰ ਚਲੇ ਗਏ ਆਹੋ ਕਿ ਚਲੇ ਗਏ ਇਹ ਬਚ ਬਚਾ ਕੇ ਚਲੇ ਗਏ ਮੁੜ ਕੇ ਆਉਂਦੇ ਰਹੇ ਲਲਕਾਣੇ ਉਹ ਅੱਛਾ ਲਲਕਾਣੇ ਆਉਂਦੇ ਰਹੇ ਮੇਲੇ ਦੇ ਮਿਲਦੇ ਰਹੇ ਰਾਈਆਂ ਨੂੰ ਸਾਡੇ ਪਿੰਡ ਦੇ ਖੈਰੋ ਸੀਗਾ ਹੋਰ ਸੀਗਾ ਸਦੀਕਾ ਸੀ ਇਹਨਾਂ ਨੂੰ ਆਣ ਕੇ ਮਿਲਦੇ ਰਹੇ ਉੱਥੇ ਅੱਛਾ ਯਾਨੀ ਕਿ ਜਿਹੜੇ ਉਹਨਾਂ ਦੇ ਯਾਰ ਬੇਲੀ ਸੀ ਉਹਨਾਂ ਨੂੰ ਮਿਲਦੇ ਰਹੇ ਆ ਕੇ ਸਿੱਖੋ ਅੱਛਾ ਅਤੇ ਹੁਣ ਮੁੜ ਕੇ ਬਾਅਦ ਉਹ ਵੀ ਫੌਤ ਹੋ ਗਏ ਇਹ ਵੀ ਫੌਤ ਹੋ ਗਏ ਮੁੜ ਕੇ ਕੋਈ ਨਹੀਂ ਮਤਲਬ ਉਹਨਾਂ ਦੀ ਔਲਾਦ ਸੀ ਇਹਨਾਂ ਦੀ ਔਲਾਦ ਸੀ ਉਹਨਾਂ ਨੂੰ ਪਤਾ ਹੀ ਨਹੀਂ ਗਾ ਹਾਂ ਉਹ ਮਤਲਬ ਫਿਰ ਉਹਨਾਂ ਨੂੰ ਤਾਂ ਇੱਕ ਦੂਜੇ ਦੀ ਪਛਾਣ ਹੀ ਨਹੀਂ ਨਾ ਹੈਗੀ ਨਾ ਨਾ ਵੱਡਿਆਂ ਨੂੰ ਪਛਾਣ ਹੈਗੀ ਸੀ ਉਹਨਾਂ ਨੂੰ ਕੋਈ ਪਛਾਣ ਨਹੀਂ ਅੱਛਾ ਇਹ ਜਿਹੜੇ ਤੁਹਾਡੇ ਸਿੱਖ ਯਾਰ ਬੇਲੀ ਸਨ ਇਹ ਸਾਰੇ ਇੱਥੋਂ ਖੈਰ ਖਰੀਦਣਾ ਫਿਰ ਚਲੇ ਗਏ ਹਾਂ ਖੈਰ ਖਰੀਦਣਾ ਅੱਛਾ ਇਹਨਾਂ ਦੇ ਮਤਲਬ ਪਿੰਡ ਦੇ ਬੰਦੇ ਨਾਲ ਇਹਨਾਂ ਨੂੰ ਤਾਵਨ ਕੀਤਾ ਹੋਣਾ ਇਹਨਾਂ ਨੂੰ ਆਪ ਛੱਡ ਕੇ ਆਏ ਹਾਂ ਬਿਲਕੁਲ ਅੱਛਾ ਅਤੇ ਉਹ ਫਿਰ ਵੀ ਮਿਲਦੇ ਰਹੇ ਆਉਂਦੇ ਆ ਅੱਛਾ ਅਤੇ ਜਦੋਂ ਇਹ ਝਾੜੇ ਪਏ ਆ ਤਾਂ ਫਿਰ ਤੁਸੀਂ ਇਹ ਇਸ ਪਿੰਡ 'ਚੋਂ ਉੱਠ ਕੇ ਕਿਤੇ ਗਏ ਸੀ ਨਹੀਂ ਅਸੀਂ ਇੱਥੇ ਰਹੇ ਹਾਂ ਉੱਥੇ ਹੀ ਅੱਛਾ ਹੁਣ ਵੀ ਉੱਥੇ ਹੀ ਹਾਂ ਹਾਂ ਨਹੀਂ ਉੱਥੇ ਤੁਸੀਂ ਦੱਸਦੇ ਸੀ ਨਾ ਕਿ ਵੀ ਕੁਛ ਦਿਨ ਲਈ ਮੈਨੂੰ ਚਲੇ ਗਏ ਸੀ ਉਹ ਦਿਨ ਇਹ ਅਸੀਂ ਵੀ ਜਦੋਂ ਰੌਲਾ ਪਿਆ ਨਾ ਵੀ ਉਹ ਮੁਸਲਮਾਨਾਂ ਦੀਆਂ ਜਿਹੜੀਆਂ ਜਨਾਨੀਆਂ ਲਾਗੇ ਰਾਈਆਂ ਦਾ ਪਿੰਡ ਸੀ ਅੱਛਾ ਉੱਥੇ ਮੁਸਲਮਾਨਾਂ ਦੇ ਬੱਚੇ ਜਨਾਨੀਆਂ ਜਿਹੜੀਆਂ ਉੱਥੇ ਚਲੇ ਗਏ ਸਾਰੇ
ਤੇ ਜਿਹੜੇ ਉੱਥੇ ਚਲੇ ਗਏ ਤੇ ਫਿਰ ਉੱਥੇ ਰਹੇ 8 ਦਿਨ ਅਸੀਂ। ਅੱਛਾ। ਰੋ 8 ਦਿਨ ਰੋਪੜ ਰਹੇ ਰਾਈਆਂ ਦੇ ਪਿੰਡ ਦੇ। ਅੱਛਾ। 8 ਦਿਨ ਬਾਰਿਸ਼ ਪੈਂਦੀ, ਬਾਰਿਸ਼ ਪੈਂਦੀ ਜੀ ਗਏ ਆ ਤੇ ਬਾਰਿਸ਼ ਪੈਂਦੀ ਜੀ ਮੁੜ ਕੇ ਆਏ ਆ ਜੀ। ਅੱਛਾ। ਜਦੋਂ ਬਾਰਿਸ਼ ਪੈਂਦੀ ਜੀ ਮਤਲਬ ਵਾਪਸ ਤੁਸੀਂ ਆਏ ਹੋ, ਉਦੋਂ ਇਹ ਚਲੇ ਗਏ ਸਨ ਉਧਰ? ਆਏ ਚਲ ਗਏ ਸੀ ਅਸੀਂ, ਉਹ ਉਦੋਂ ਵੀ ਅਸੀਂ ਜਿਹੜਾ ਰਿਸ਼ਤੇਦਾਰ ਆ ਸੀ ਉਹਦੇ ਨਹੀਂ ਆਏ, ਕਮਾਦਾਂ ਦੇ ਵਿੱਚੋਂ ਦੀ ਪੈਲੀਆਂ ਦੇ ਵਿੱਚੋਂ ਦੀ ਅਸੀਂ ਆਏ ਰੋਪੜੋਂ ਵੀ, 4 ਮਰਬੇ ਸਾਰਾ ਪਿੰਡ ਸੀ ਰੋਪੜੀਆਂ। ਅੱਛਾ। ਯਾਨੀ ਕਿ ਉਹ ਡਰ ਸੀ ਕਿ ਕੋਈ ਮਤਲਬ ਹਮਲਾ ਹੁਮਲਾ ਨਾ ਕਰਦਾ ਵੇ, ਰਾਜ ਵੀ ਕਮਾਦਾਂ ਜੇ ਨਾ ਲੁਕਿਆ ਹੋਵੇ ਜਾਂ ਇਦਾਂ ਇਸ ਤਰ੍ਹਾਂ, ਡਰਦੇ ਸੀ ਲੋਕੀ ਸਾਰੇ। ਅੱਛਾ। ਵੀ ਘੁਮਿਆਰ ਸੀ ਇੱਕ। ਅੱਛਾ। ਉਹ ਹਿੰਦੁਸਤਾਨ ਜਿਹੜਾ ਚੱਲੇ ਨਾ ਤੇ ਸਿੱਖਾਂ ਨੇ ਧੌਣਾ ਲਾਈਆਂ ਉਹਨਾਂ ਦੇ ਮਾਂ ਪਿਓ ਦੀਆਂ, ਉਹ ਮਗਰ ਆਉਣ ਡੇ ਸੀ, ਭੈਣ ਸੀ ਅਤੇ 2 ਭਰਾ ਸੀਗੇ। ਅੱਛਾ। ਜਿਹੜੇ ਧੌਣਾ ਲਾਈਆਂ ਤੇ ਉਹ ਮਗਰ ਆਉਣ ਡੇ ਸੀਗੇ ਅਤੇ ਉਹ ਫਿਰ ਪਿਛਾਂ ਹੋ ਗਏ। ਅੱਛਾ। ਜਿਹੜੇ ਪਿਛਾਂ ਹੋ ਗਏ ਅਤੇ ਉਹ ਫਿਰ ਰਾਤ ਨੂੰ ਉਹਨਾਂ ਨੇ ਤੁਰੇ ਰਹਿਣਾ, ਦਿਨੇ ਲੁੱਕ ਰਹਿਣਾ ਸਾਰੀ ਦਿਹਾੜੀ। ਅੱਛਾ। ਫਿਰ ਉਹ 8 ਦਿਨੀ ਫੈਸਲਾਬਾਦ ਆ ਗਏ ਸੀ, ਜਿਹੜੇ 8 ਦਿਨੀ ਭੁੱਖਣ ਪਾਣੇ ਗੰਨੇ ਗੁੰਨੇ ਚੂਬ ਛੇੜਨੇ ਅਤੇ ਭੁੱਖਣ ਪਾਣੇ। ਮੁੜ ਕੇ ਇੱਕ ਚੌਧਰੀ ਸੀਗਾ, ਉਹਦਾ ਵੇਲਣਾ ਵਗਦਾ ਸੀ, ਉਹਦੇ ਕੋਲ ਅਸੀਂ ਨੌਕਰ ਉੱਥੇ ਲੈ ਬੈਠੇ। ਇਹ ਮੈਨੂੰ ਕਿਸੇ ਨੇ ਗੱਲ ਸੁਣਾਈ ਸੀ, ਉਹ ਮੈਂ ਤੁਹਾਨੂੰ ਦੱਸਣ ਡਿਆ। ਉਹ ਮੁੜ ਕੇ ਮੈਨੂੰ ਆਉਂਦਾ ਵੀ ਹੈ, ਉਹ ਚੌਧਰੀ ਜਿਹੜਾ ਸੀ ਨਾ ਉਹ ਬੰਦਾ ਜੇਕਰ ਨਿਕਲਿਆ ਨਾ ਅਤੇ ਉਹਨੂੰ ਆਉਂਦਾ ਚੌਧਰੀ ਹੁੱਕਾ ਧਰਿਆ ਉਹ ਬੇਟਾ ਵੇਲਣੇ 'ਤੇ ਬੇਟਾ, ਆਉਂਦਾ ਉਹ ਬੰਦਾ ਨਿਕਲਿਆ ਕਮਾ 'ਚ ਉਹਨੂੰ ਲਿਆ ਸਕਦੇ ਕੇ, ਉਹਨੂੰ ਜਿਹੜਾ ਲਿਆਂਦਾ ਅਤੇ ਉਹ ਮੁੜ ਕੇ ਫਿਰ ਨਾ ਉਹਨੂੰ ਪੁੱਛਿਆ ਵੀ ਤੂੰ ਇੱਥੇ ਕਮਾ 'ਚ ਘੜਿਆ? ਆਉਂਦਾ ਵੀ ਮੈਂ ਅਸੀਂ ਚੌਧਰੀ ਅਸੀਂ ਨਾ 8 ਦਿਨ ਹੋ ਗਏ ਹਿੰਦੁਸਤਾਨ 'ਚ ਤੁਰਿਆ ਨੇ ਸਾਨੂੰ, ਅਤੇ ਭੁੱਖਣ ਪਾਣੇ ਸਾਡੇ ਮਾਂ ਪਿਓ ਸਿੱਖਾਂ ਨੇ ਧੌਣਾ ਲਾਈਆਂ ਸਾਡੇ ਸਾਹਮਣੇ। ਅੱਛਾ। ਅਤੇ ਅਸੀਂ ਤੁਰੇ ਹਾਂ, ਲੋਕ ਦਿਨ ਲੁੱਕ ਰਹਿੰਦੇ ਰਹੇ, ਰਾਤ ਨੂੰ ਤੁਰੇ ਰਹਿੰਦੇ ਰਹੇ ਹਾਂ ਅਤੇ ਅਸੀਂ ਇੱਥੇ ਪਹੁੰਚੇ ਹਾਂ। ਅਤੇ ਇੱਕ ਮੇਰੀ ਭੈਣ ਹੈ ਅਤੇ ਇੱਕ ਭਰਾ ਹੋਰ ਜਾ ਹੈ, ਉਹਨਾਂ ਨੂੰ ਵੀ ਲਿਆ, ਉਹਨਾਂ ਨੂੰ ਲਿਆਂਦਾ ਫਿਰ ਉਹ ਚੌਧਰੀ ਕੋਲ ਰਹਿਣ ਲੱਗ ਪੈਂਦਾ, ਆਉਂਦਾ ਵੀ ਤੂੰ ਅੱਗ ਧਰਿਆ ਕਰਨੀ ਮੇਰੀ ਭੁੱਕੇ 'ਤੇ, ਅਤੇ ਮੇਰੇ ਖਾਣਾ ਪੀਣਾ ਵੀ ਸਾਡੇ ਕੋਲ ਮਰੱਬਿਆਂ ਦਾ ਮਾਰਕੀਟ ਆ। ਫਿਰ ਉਹਨਾਂ ਦੇ ਕੋਲ ਉਹਨਾਂ ਦੀ ਰਿਹਾਇਸ਼ ਹੋ ਗਈ ਆ ਅਤੇ ਜਿਹੜੇ ਰਿਹਾਇਸ਼ ਹੋ ਗਈ ਫਿਰ ਸਬਜ਼ੀ ਸੁਬਜ਼ੀ ਬੀਜਣ ਲੱਗ ਪਏ, ਰੇੜੇ ਬਣਾ ਤੇ ਉਹਨਾਂ ਨੂੰ ਮੁੰਡਿਆਂ ਨੂੰ, ਜਗ੍ਹਾ ਵੀ ਉਹਨਾਂ ਨੂੰ ਲੈ ਦਿੱਤੀ, ਜਿਹੜੇ ਜਗ੍ਹਾ ਵੀ ਲੈ ਦਿੱਤੀ ਨਾ ਅਤੇ ਉਹ ਮਿੱਟੀ ਸੁੱਟਣ। ਮੁੰਡਾ ਮੈਨੂੰ ਜਿਹੜੇ ਦੱਸੀ ਮੇਰੀ ਉਮਰ ਦਾ ਜਿਹੜਾ ਮੈਨੂੰ ਦੱਸਦਾ ਸੀਗਾ, ਉਹ ਆਉਂਦਾ ਵੀ ਇਹ ਉਹਨਾਂ ਨੇ ਮਿੱਟੀ ਸੁੱਟਣ ਦੇ ਜਿਹੜੇ ਕਈ ਮਾਰੀ ਨਾ, ਕਈ ਇੱਦਾਂ ਵੱਜੀ ਵੀ ਤਾਂ ਲੋਹੇ 'ਤੇ ਵੱਜਦੀ ਆ, ਥੱਲੇ ਦੇਗ ਆ ਗਈ ਹੈ। ਅੱਛਾ। ਦੇਗ ਜੇ ਥੱਲੇ ਆਈ ਨਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ, ਮੁੜ ਕੇ ਉਹ ਮੰਨਦਾ ਵੀ ਥੱਲੇ ਉਹਨਾਂ ਵੇਖਿਆ ਤਾਂ ਦੇਗ ਭਰੀ। ਅੱਛਾ। ਸੋਨੇ ਚਾਂਦੀ ਨਾਲ ਭਰੀ? ਅੱਛਾ। ਉਹ ਦੇਗ ਜਿਹੜੀ ਮੁੜ ਕੇ ਉਹ ਜਿਹੜੀ ਜਗ੍ਹਾ ਉਹਨਾਂ ਡਾਕ ਦਿੱਤੀ ਉਹ ਜਗ੍ਹਾ ਜਾਂ ਆਪ ਚੱਲ ਗਏ, ਉਹ ਚੌਧਰੀ ਹਾਲ ਨਾ ਗਏ ਉਹ। ਅੱਛਾ। 2 ਦਿਨ ਨਾ ਗਏ ਤਾਂ ਉਹਨੇ ਚੌਧਰੀ ਨੂੰ ਸੱਦਿਆ ਵੀ ਕੀ ਗੱਲ ਤੁਸੀਂ ਆਏ ਕਿਉਂ ਨਹੀਂ? ਆਉਂਦੇ ਕੁਛ ਨਹੀਂ, ਨਹੀਂ ਬਾਬਾ ਜੀ ਕੋਈ ਨਹੀਂ। ਆਉਂਦਾ ਨਹੀਂ ਤੁਹਾਨੂੰ ਕੋਈ ਸ਼ਾਇਦ ਲੱਭ ਗਈ, ਚੌਧਰੀ ਸਿਆਣਾ ਸੀ, ਆਉਂਦਾ ਤੁਹਾਨੂੰ ਕੋਈ ਸ਼ਾਇਦ। ਅੱਛਾ। ਉਹ ਆਉਂਦਾ ਅੱਛਾ ਤੁਹਾਨੂੰ ਕੋਈ ਸ਼ਾਇਦ ਲੱਭ ਗਿਆ? ਨਹੀਂ। ਫਿਰ ਅਖੀਰੀ ਨਾ ਉਹਨੇ ਕੀਤਾ ਵੀ ਉਹ ਨਾ ਰਾਤ ਨੂੰ ਦੇਖ ਚੁੱਕੀ ਅਤੇ ਜਾ ਕੇ ਚੌਧਰੀ ਨੂੰ ਦੇ ਦਿੱਤੀ ਉਹਨਾਂ ਨੇ। ਅੱਛਾ। ਆਉਂਦਾ ਆਹ ਸ਼ਾਇਦ ਲੱਭੀ ਸਾਨੂੰ। ਉਹ ਚੌਧਰੀ ਨੇ ਮੁੜ ਕੇ ਫਿਰ ਨਾ ਪਹਿਲੀ ਜ਼ਮੀਨ ਦੀ ਲਈ, ਉਹਨਾਂ ਨੂੰ ਕਾਰਖਾਨੇ ਬਣਾ ਦਿੱਤੇ ਅਤੇ ਕਾਰੋਬਾਰ ਉਹਨਾਂ ਦਾ ਬਣਾ ਦਿੱਤਾ, ਬੱਚੀ ਵੀ ਉਹਨੇ ਵਿਆਹ ਤੀ ਫਿਰ ਆਪਣੇ ਵਸਣ ਦਾ ਸਿਰਾਂ ਵਾਲੇ। ਮਤਲਬ ਚੌਧਰੀ ਚੰਗਾ ਜੀਦਾਰ ਬੰਦਾ, ਜੀਦਾਰ ਉਹਨੇ ਦਿਨ ਦੱਸਿਆ ਨੇ, ਉਹਨੇ ਜਗ੍ਹਾ ਲੈ ਕੇ ਕਾਰਖਾਨੇ ਬਣਾ ਦਿੱਤੇ, ਰੇੜੇ ਪਹਿਲਾਂ ਵਾਹੁੰਦੇ ਸੀਗੇ ਉਹਦੀ ਜ਼ਮੀਨ 'ਚ, ਮੁੜ ਕੇ ਉਹਨੇ ਬੱਚੀ ਦੀ ਸ਼ਾਦੀ ਵੀ ਕੀਤੀ, ਉਹਨਾਂ ਦੀ ਵੀ ਕੀਤੀ ਠੀਕ ਠਾਕ, ਉਹਨੇ ਤਲਕ ਭਲਾ ਸਮਾਂ ਸੀ, ਉਹਨੇ ਉਹਨਾਂ ਦਾ ਹੱਕ ਨਹੀਂ ਰੱਖਿਆ, ਹੱਕ ਨਹੀਂ ਰੱਖਿਆ, ਉਹ ਵਕਤ ਚੰਗੇ ਸੀਗੇ, ਹੇਰਾ ਫੇਰੀ ਨਹੀਂ, ਝੂਠ ਨਹੀਂ ਸੀ। ਅੱਛਾ। ਉਹ ਕਿਹੜੀ ਬਰਾਦਰੀ ਸੀ ਬੰਦੇ ਸਨ? ਬੰਦਾ ਘੁਮਿਆਰਾਂ ਦਾ, ਘੁਮਿਆਰ ਸੀ ਉਹ, ਲਾਦ ਦੇ ਆ ਭਾਂਡੇ ਨਹੀਂ ਬਣਾਉਂਦੇ ਹੁੰਦੇ ਘੁਮਿਆਰ, ਇਹ ਲਾਦ ਸੀਗੇ ਅਤੇ ਉਹ ਜੱਟ ਸੀਗੇ ਜਿਹੜਾ ਵੇਲਣੇ ਦੇ ਚੌਰੀ। ਬੜੀ ਗੱਲ ਹੈ। ਇਹ ਕਿਹੜੇ ਪਿੰਡ ਦੀ ਗੱਲ ਹੈ? ਇਹ ਫੈਸਲਾਬਾਦ ਦੀ। ਅੱਛਾ। ਫੈਸਲਾਬਾਦ ਦੇ ਤੈਨੂੰ ਸੁਣਾਉਣ ਡਿਆ, ਉਹਨੇ ਮੈਨੂੰ ਸੁਣਾਈ ਸੀ। ਅਤੇ ਇਹ ਜਿਹੜਾ ਤੁਹਾਡਾ ਪਿੰਡ ਆ ਆਪਣਾ 448, ਕੀ ਇਹਦਾ ਪੂਰਾ ਨਾਮ ਦੱਸਿਆ ਵਾ? 448 ਨਿਸ਼ਾਰਨ। ਹਾਂ, 448 ਨਿਸ਼ਾਰਨ। ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਨੇ? ਨਾਲੇ ਅੱਖਾਂ ਵਾਲੀ ਝੋਕ ਆ। ਅੱਛਾ। ਅਤੇ 80 ਆ, 47 ਆ, ਰੋਪੜੀਆਂ, ਰਹਿਮੇ ਸ਼ਾਹ, ਕਜਵਾਣੀ, ਪਹਾੜੀ, ਇਹ ਪਿੰਡ ਸਾਰੇ ਲਾਗੇ। ਫਿਰ ਪਰਾਂ ਝੋਕਾਂ ਚੱਲ ਪੈਂਦੀਆਂ। ਅੱਛਾ। ਉਹ 7 ਝੋਕਾਂ ਆ ਪਰਾਂ, ਰਹਿਮੇ ਸ਼ਾਹ ਵੀ ਅਤੇ ਕਜਵਾਣੀ ਸਟੇਸ਼ਨ, ਪਰਾਂ ਸ਼ਾਹੀ ਵਾਲ ਨੂੰ ਫਿਰ ਚੜਕ ਨਿਕਲ ਜਾਂਦੀ ਹੈ। ਬੜੀ ਬੜੀ ਬਾਬਾ ਜੀ ਤੁਹਾਡੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ ਵਾ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ ਕਰੇ, ਤੁਹਾਡੀ ਤੰਦਰੁਸਤੀ ਕਰੇ। ਇਹਦੇ ਨਾਲ ਹੀ ਹੁਣ ਸਾਡੀ ਅੱਜ ਦੀ ਵੀਡੀਓ ਦਾ ਵੇਲਾ ਮੁੱਕ ਗਿਆ ਜੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਅੱਲਾ ਬੇਲੀ, ਪਾਕਿਸਤਾਨ ਜ਼ਿੰਦਾਬਾਦ।